ਸਤਿ ਸ਼੍ਰੀ ਅਕਾਲ ਸਾਰੇ ਯੂਟਿਊਬ ਅਤੇ ਫੇਸਬੁੱਕ ਦੇ ਵਿਊਰਸ ਨੂੰ ਮੇਰੇ ਵੱਲੋਂ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ। ਅੱਜ ਮੈਂ ਤੁਹਾਡੇ ਸਾਹਮਣੇ ਇੱਕ ਸਪੈਸ਼ਲ ਮੈਸੇਜ ਦੇਣਾ ਚਾਹਾਂਗਾ ਪੰਜਾਬੀ ਵਿੱਚ, ਕਿਉਂਕਿ ਇਹ ਮੇਰੀ ਮਾਂ ਦੀ ਬੋਲੀ ਹੈ, ਇਹ ਮੇਰੀ ਮਾਂ ਬੋਲੀ ਹੈ ਅਤੇ ਮੈਂ ਫਿਰ ਕਰਦਾ ਪੰਜਾਬੀ 'ਤੇ। ਅਤੇ ਇਹ ਮੈਸੇਜ ਇਹ ਹੈ ਕਿ ਅੱਜ ਦਾ ਦਿਨ ਸਿਰਫ ਵਿਸਾਖੀ ਨਹੀਂ ਹੈ, ਅੱਜ ਦਾ ਦਿਨ ਸਿਰਫ ਇੱਕ ਧਾਰਮਿਕ ਪੁਆਇੰਟ ਆਫ ਵਿਊ ਨਾਲ ਨਹੀਂ ਹੈਗਾ, ਅੱਜ ਦਿਨ ਸਿਰਫ ਇੱਕ ਕਲਚਰ ਪੁਆਇੰਟ ਆਫ ਵਿਊ ਨਾਲ ਹੈ, ਅੱਜ ਦਾ ਦਿਨ ਹੈਗਾ ਆ ਇੱਕ ਸ਼ਹੀਦ ਨੂੰ ਯਾਦ ਕਰਨ ਦਾ, ਜਿਹਨੂੰ ਆਪਾਂ ਬਹੁਤ ਦੇਰ ਤੱਕ ਇਗਨੋਰ ਕਰ ਚੁੱਕੇ ਹਾਂ। ਹੁਣ ਵੀ ਹੈਵ ਇਗਨੋਰਡ ਐਂਡ ਬਿਟਰੇਡ ਵੈਰੀ ਬੈਡਲੀ। ਸ਼ਹੀਦ ਊਧਮ ਸਿੰਘ ਦੀ ਮੈਂ ਗੱਲ ਕਰ ਰਿਹਾ, ਜਿਨ੍ਹਾਂ ਨੇ ਜਲ੍ਹਿਆਂਵਾਲਾ ਬਾਗ ਦਾ ਬਦਲਾ ਲੰਡਨ ਜਾ ਕੇ ਜਨਰਲ ਡਾਇਰ ਨੂੰ, ਜਿਹੜੇ ਗਵਰਨਰ ਸੀ ਉਸ ਟਾਈਮ ਪੰਜਾਬ ਦੇ, ਉਹਨਾਂ ਨੂੰ ਜਾ ਕੇ ਲੰਡਨ ਦੇ ਵਿੱਚ ਕ੍ਰੈਕਟਨ ਹਾਲ ਦੇ ਵਿੱਚ ਜਾ ਕੇ ਗੋਲੀ ਮਾਰੀ ਸੀ, ਅਤੇ ਮਾਸੂਮਾਂ ਦਾ ਜਿਹੜਾ ਖੂਨ ਵਹਾਇਆ ਸੀਗਾ ਜਲ੍ਹਿਆਂਵਾਲਾ ਬਾਗ ਦੇ ਵਿੱਚ, ਉਹਦਾ ਬਦਲਾ ਲਿਆ ਸੀ। ਅੱਜ ਉਹ ਦਿਨ ਹੈ ਜਿਸ ਦਿਨ ਸਾਨੂੰ ਇਹ ਦਿਨ ਆਪਣੀ ਜ਼ਿੰਦਗੀ ਦੇ ਵਿੱਚ ਐਜ਼ ਅ ਉਦਾਹਰਣ ਲੈਣਾ ਚਾਹੀਦਾ। ਇਸ ਚੀਜ਼ ਦਾ ਇਸ ਚੀਜ਼ ਨੂੰ ਇਸ ਪੂਰੀ ਘਟਨਾ ਨੂੰ ਇੱਕ ਬਹੁਤ ਹੀ ਰੂਹਾਨੀ ਅਹਿਸਾਸ ਨਾਲ ਦੇਖਣਾ ਚਾਹੀਦਾ ਆ, ਕਿਉਂਕਿ ਅੱਜ ਦਾ ਦਿਨ ਵਿਸਾਖੀ ਦੇ ਵਿੱਚ ਸਿਰਫ ਗੁਰਦੁਆਰੇ ਮੱਥਾ ਟੇਕਣ ਨੂੰ ਨਹੀਂ ਹੈਗਾ, ਅੱਜ ਦਾ ਦਿਨ ਇੱਕ ਉਹ ਟੂਡੇ ਇਜ਼ ਅ ਟਾਈਮ ਫੋਰ ਸੈਲਫ ਰਿਫਲੈਕਸ਼ਨ, ਆਪਣੇ ਆਪ ਨੂੰ ਸ਼ੀਸ਼ੇ ਵਿੱਚ ਦੇਖਣਾ ਚਾਹੀਦਾ ਅੱਜ ਦਾ ਦਿਨ ਕੀ ਹੈ। ਸ਼ਹੀਦ ਊਧਮ ਸਿੰਘ ਜਿਹਨੇ ਜਲ੍ਹਿਆਂਵਾਲਾ ਬਾਗ ਦਾ ਬਦਲਾ ਲਿਆ, ਜਦੋਂ ਉਹਨੂੰ ਕਿਹਾ ਗਿਆ ਕਿ ਤੇਰਾ ਨਾਮ ਕੀ ਹੈ, ਉਹਨੇ ਕਿਹਾ ਮੇਰਾ ਨਾਮ ਹੈਗਾ ਰਾਮ ਮੁਹੰਮਦ ਸਿੰਘ ਆਜ਼ਾਦ। ਅਤੇ ਇਹ ਆਪਣੇ ਵਿੱਚ ਇੱਕ ਮੈਸੇਜ ਆ ਕਿ ਸਾਡੀ ਕਮਿਊਨਿਟੀ ਜੇ ਅਤੇ ਸਾਡੀ ਕੌਮ ਜਿਹੜੀ ਅੱਜ ਕੱਲ੍ਹ ਬਹੁਤ ਡਿਵਾਈਡਿਡ ਆ, ਜਿਹੜੀ ਵੱਖਰੇ ਵੱਖਰੇ ਕੁੱਲ ਵਿੱਚ ਵੱਸ ਗਈ ਆ, ਜਾਤੀਵਾਦ, ਧਰਮਵਾਦ, ਉਹ ਤੋਂ ਬਾਅਦ ਅੱਜ ਕੱਲ੍ਹ ਬਾਬੇ ਦੇ ਉੱਤੇ ਅਲਾਈਨਮੈਂਟ, ਲੈਂਗੁਏਜ ਦੇ ਉੱਤੇ ਅਲਾਈਨਮੈਂਟ, ਅਤੇ ਇੱਕ ਮੈਸੇਜ ਆ ਸਾਰੇ ਨੌਜਵਾਨਾਂ ਨੂੰ ਉੱਤੇ ਪਲੱਸ ਸਾਰੀ ਸਾਰੀ ਪੀੜ੍ਹੀਆਂ ਨੂੰ ਕਿ ਤੁਸੀਂ ਉਸ ਯੋਧੇ ਦੀ ਕੁਰਬਾਨੀ ਨੂੰ ਨਾ ਭੁੱਲੋ ਅਤੇ ਅੱਜ ਰਿਫਲੈਕਟ ਕਰੋ। ਮੈਂ ਜੇ ਮੇਰਾ ਤਾਂ ਇਹੀ ਵਿਊ ਆ ਕਿ ਊਧਮ ਸਿੰਘ ਨੂੰ ਜਿਹੜਾ ਕ੍ਰੈਡਿਟ ਹੈਗਾ ਆ ਉਸੀ ਨਹੀਂ ਦਿੰਦੇ। ਅਸੀਂ ਭਗਤ ਸਿੰਘ ਨੂੰ ਯਾਦ ਕਰਦੇ ਹਾਂ ਓਬਵੀਅਸਲੀ, ਅਤੇ ਬਟ ਅਸੀਂ ਊਧਮ ਸਿੰਘ ਨੂੰ ਬਿਲਕੁਲ ਯਾਦ ਨਹੀਂ ਕਰਦੇ। ਬਹੁਤ ਘੱਟ ਹੀ ਉਹਨਾਂ ਦਾ ਜਿਹੜਾ ਅੱਜ ਦਾ ਦਿਨ ਹੈ ਵਿਸਾਖੀ ਵਾਲਾ ਦਿਨ, ਜਿਹਦਾ ਉਹਨਾਂ ਨੇ ਬਦਲਾ ਲਿਆ ਸੀ ਅੱਜ ਵਿਸਾਖੀ ਵਾਲੇ ਦਿਨ, ਜਦੋਂ ਊਧਮ ਸਿੰਘ ਨੇ ਜਨਰਲ ਡਾਇਰ ਨੂੰ ਗੋਲੀ ਦੇ ਕਰਕੇ ਉਹਨਾਂ ਨੂੰ ਹੈਲ ਦੇ ਵਿੱਚ ਭੇਜਤਾ, ਉਹਨੂੰ ਨਰਕ ਦੇ ਵਿੱਚ ਭੇਜਤਾ ਸੀਗਾ। ਅੱਜ ਉਹ ਦਿਨ ਆ ਸਿਰਫ ਰਿਫਲੈਕਟ ਕਰਨ ਦਾ ਅਤੇ ਉਸ ਯੋਧੇ ਦੀ ਸ਼ਹੀਦੀ ਨੂੰ ਯਾਦ ਕਰਨ ਦਾ, ਕਿਉਂਕਿ ਉਸ ਯਹੂਦੇ ਉਸ ਯੋਧੇ ਦੀ ਕੁਰਬਾਨੀ ਹੈ ਉਹ ਅਸ ਕੋਈ ਨਹੀਂ ਦੇਖ ਸਕਦਾ, ਅਤੇ ਉਹ ਸੱਚੀ ਕੁਰਬਾਨੀ, ਉਹ ਝੂਠੀ ਕੁਰਬਾਨੀ ਨਹੀਂ ਹੈ, ਉਹ ਕਿਸੇ ਦਾ ਕਤਲ ਨਹੀਂ ਹੈ, ਉਹ ਕਿਸੇ ਦਾ ਉਹ ਇੱਕ ਮੈਸੇਜ ਆ, ਉਹ ਇੱਕ ਪੀਸਫੁਲ ਮੈਸੇਜ ਆ, ਪੀਸਫੁਲ ਮੈਸੇਜ ਹਿਡਨ ਵਿਦ ਇਨ ਵਾਇਲੈਂਸ ਕਿ ਵਾਟ ਯੂ ਡੂ, ਵਟ ਐਵਰ ਯੂ ਡੂ, ਯੂ ਵਿਲ ਪੇ ਬੈਕ, ਜੋ ਤੁਸੀਂ ਕਰਦੇ ਹੋ ਉਹਦਾ ਤੁਹਾਨੂੰ ਫਲ ਜ਼ਰੂਰ ਮਿਲੂਗਾ। ਅਤੇ ਮੈਂ ਅੱਜ ਊਧਮ ਸਿੰਘ ਦੇ ਨੂੰ ਇਹ ਮੈਸੇਜ ਦੇ ਥਾਂ ਸ਼ਰਧਾਂਜਲੀ ਦੇਣਾ ਚਾਹਾਂਗਾ, ਅਤੇ ਇਹ ਵੀ ਕਹਾਂਗਾ ਕਿ ਅੱਜ ਕੱਲ੍ਹ ਦਾ ਯੂਥ ਜਿਹੜਾ ਨਸ਼ਿਆਂ ਵੱਲ ਤੁਰ ਪਿਆ ਆ, ਅਤੇ ਜਿਹੜਾ ਆਪਣੇ ਆਪ ਨੂੰ ਡਿਵਾਈਡ ਕਰੀ ਜਾਂਦਾ ਆ ਧਰਮ ਦੇ ਉੱਤੇ, ਜਾਤ ਦੇ ਉੱਤੇ, ਲੈਂਗੁਏਜ ਦੇ ਉੱਤੇ, ਉਹਦੇ ਲਈ ਇੱਕ ਮੈਸੇਜ ਆ, ਊਧਮ ਸਿੰਘ ਦਾ ਉਦਾਹਰਣ ਲਓ ਅਤੇ ਸਿੱਖੋ ਕਿ ਦੇਸ਼ ਨਾਲ ਪਿਆਰ ਸਭ ਤੋਂ ਜ਼ਿਆਦਾ, ਸਭ ਤੋਂ ਵੱਡੀ ਚੀਜ਼ ਆ, ਆਪਣੇ ਧਰਮ ਨਾਲ ਪਿਆਰ ਇਹ ਸੈਕਿੰਡ 'ਚ ਗਾਉਂਦਾ ਇਹ ਨਾਲੇ। ਪਲੱਸ ਜਿਹੜੇ ਇੰਡੀਆ ਦੇ ਨੇਤਾ ਆ, ਪਲੱਸ ਇੰਡੀਆ ਦੇ ਜਿਹੜੇ ਸਿਵਲ ਸੋਸਾਇਟੀ ਦੇ ਰਿਪ੍ਰੈਜੈਂਟੇਟਿਵ ਆ, ਉਹਨਾਂ ਨੂੰ ਵੀ ਇੱਕ ਮੈਸੇਜ ਆ ਕਿ ਤੁਸੀਂ ਅੱਜ ਕੀ ਕੀਤਾ, ਤੁਸੀਂ ਅੱਜ ਕਿਹਨੂੰ ਯਾਦ ਕੀਤਾ, ਤੁਸੀਂ ਕੈਲੰਡਰਾਂ ਦਾ ਮਤਲਬ ਰੌਲਾ ਪਾ ਦਿੰਦੇ ਹੋ, ਤੁਸੀਂ ਕੋਈ ਰੌਲਾ ਪਾ ਦਿੰਦੇ ਹੋ, ਤੁਸੀਂ ਬਾਬਿਆਂ ਦਾ ਰੌਲਾ ਪਾ ਦਿੰਦੇ ਹੋ, ਅੱਜ ਕਿਉਂ ਨਹੀਂ ਰੌਲਾ ਪਾਇਆ, ਅੱਜ ਕੋਈ ਰੈਲੀ ਕਿਉਂ ਨਹੀਂ ਹੋਈ। ਇਹ ਦਿਲ ਮੇਰਾ ਦੇਖ ਕੇ ਬਹੁਤ ਚੁੱਭਦਾ ਆ ਕਿ ਤੁਸੀਂ ਬਾਕੀ ਲੋਕਾਂ ਲਈ ਰੈਲੀ ਕਰਦੇ ਰਹਿੰਦੇ ਹੋ ਜਿਹੜੇ ਇੰਪੋਰਟੈਂਟ ਹੋਣ ਨਾ ਹੋਣ, ਬਟ ਅੱਜ ਦਿਨ ਕੋਈ ਕੁੱਸਦਾ ਵੀ ਨਹੀਂ। ਅਤੇ ਅੱਜ ਇਹੀ ਮੈਸੇਜ ਆ ਮੇਰਾ ਪੂਰੇ ਪੂਰੇ ਪੰਜਾਬ ਨੂੰ ਅਤੇ ਪੂਰੇ ਆਪਣੇ ਦੇਸ਼ ਨੂੰ ਕਿ ਅੱਜ ਉਸ ਸ਼ਹੀਦ ਦੀ ਸਲਾਮੀ 'ਤੇ ਫਕਰ ਕਰਨਾ ਚਾਹੀਦਾ ਆ, ਅਤੇ ਸਿਰਫ ਪੰਜਾਬੀ ਨਹੀਂ ਜਿਹੜੇ ਬਾਕੀ ਸਾਰੇ ਜਿਹੜੇ ਮੇਰੇ ਸਾਰੇ ਵੀਰ ਹਿੰਦੁਸਤਾਨ 'ਚ ਵੀ ਹੈਗੇ ਅਤੇ ਭੈਣਾਂ ਮੇਰੀ ਹਿੰਦੁਸਤਾਨ 'ਚ ਵੀ ਹੈਗੀਆਂ, ਉਹਨਾਂ ਸਾਰਿਆਂ ਨੂੰ ਇੱਕ ਮੈਸੇਜ ਆ ਕਿ ਅੱਜ ਦਾ ਦਿਨ ਪਲੀਜ਼ ਗਿਵ ਰਿਸਪੈਕਟ ਟੂ ਦਿਸ ਗਾਇ, ਕਿਉਂਕਿ ਉਹਨੇ ਤੁਹਾਡਾ ਫੈਸਲਾ ਕੀਤਾ, ਉਹਨੇ ਜੋ ਕੀਤਾ ਉਹ ਬਹੁਤ ਘੱਟ ਲੋਕ ਕਰ ਸਕਦੇ, ਐਂਡ ਉਹ ਬਹੁਤ ਵੱਡੀ ਗੱਲ ਆ ਲੰਡਨ ਦੇ ਵਿੱਚ ਜਾ ਕੇ ਕਲੈਕਸ਼ਨ ਹਾਲ ਦੇ ਵਿੱਚ ਜਾ ਕੇ ਉਸ ਗੋਰੇ ਨੂੰ ਮਾਰਨਾ ਜਿਹਨੇ ਜਲ੍ਹਿਆਂਵਾਲਾ ਬਾਗ ਮੈਸੇਕਰ ਕੀਤਾ, ਅਤੇ ਇੱਕ ਸਿੰਪਲ ਜਿਹੜਾ ਲਾਸਟ ਮੈਂ ਇੱਕ ਮੈਸੇਜ ਕਰਨਾ ਚਾਹੂੰਗਾ ਕਿ
ਜਿਹੜੇ ਅਸਲੀ ਯੋਧੇ ਆ ਉਹਨਾਂ ਨੂੰ ਵੀ ਸੈਲੀਬ੍ਰੇਟ ਕਰਨਾ ਸਿੱਖੋ, ਇਹਨਾਂ ਦੇ ਫੇਵਰ 'ਚ ਵੀ ਰੈਲੀਆਂ ਕੱਢੋ, ਇਹਨਾਂ ਦੇ ਫੇਵਰ 'ਚ ਵੀ ਅੱਜ ਨਾਅਰੇ ਲਾਓ, ਸਿਰਫ ਬਾਕੀਆਂ ਦੇ ਲਈ ਨਹੀਂ। ਅਤੇ ਇਸੀ ਮੈਸੇਜ ਨਾਲ ਮੈਂ ਆਪਣਾ ਇਹ ਸਾਰਾ ਵੀਡੀਓ ਖਤਮ ਕਰਨਾ ਚਾਹੂੰਗਾ। ਆਈ ਹੋਪ ਕਿ ਮੈਂ ਆਪਣਾ ਮੈਸੇਜ ਕਲੀਅਰਲੀ ਦੇ ਪਾਇਆ, ਅਤੇ ਜਿਹੜੀ ਅੱਜ ਕੱਲ੍ਹ ਦੀ ਨਵੀਂ ਪੀੜ੍ਹੀ ਆ ਜਿਹਨੂੰ ਪਤਾ ਹੀ ਨਹੀਂ ਊਧਮ ਸਿੰਘ ਬਾਰੇ, ਉਹਨਾਂ ਨੂੰ ਥੋੜ੍ਹੀ ਸ਼ਰਮ ਆਊਗੀ, ਉਹਨਾਂ ਨੂੰ ਥੋੜ੍ਹਾ ਹਯਾ ਆਊਗੀ, ਅਤੇ ਮਾੜਾ ਦੇਖਣਗੇ ਕਿ ਉਹ ਕੀ ਕਰਦੇ ਨੇ ਅਤੇ ਕੀ ਨਹੀਂ ਕਰਦੇ, ਕਿ ਉਹ ਇੱਕਦਮ ਭੁੱਲ ਚੁੱਕੇ ਨੇ ਆਪਣਾ ਪਾਸਟ, ਆਪਣਾ ਹਿਸਟਰੀ ਭੁੱਲ ਚੁੱਕੇ ਨੇ। ਨਵੇਂ ਗੱਲਾਂ 'ਤੇ ਦੰਗੇ ਹੋ ਜਾਂਦੇ ਆ, ਧਰਮ ਦੇ ਉੱਤੇ ਦੰਗੇ ਹੋ ਜਾਂਦੇ ਆ, ਹਰੇਕ ਗੱਲ 'ਤੇ ਹਥਿਆਰ ਚੱਕ ਲੈਂਦੇ। ਅੱਜ ਦੇ ਦਿਨ ਘੱਟੋ ਘੱਟ ਇਸ ਸ਼ਹੀਦ ਨੂੰ ਸ਼ਰਧਾਂਜਲੀ ਦਿਓ, ਮੱਥੇ ਨਾ ਟੇਕੋ। ਫੇਸਬੁੱਕ ਯੂਟਿਊਬ 'ਤੇ ਵੱਡੇ ਵੱਡੇ ਮੈਸੇਜ ਪਾ ਕੇ ਇੱਦਾਂ ਵੀ ਮਤਲਬ ਸਭ ਗੱਲ ਨਹੀਂ ਹੁੰਦੀ, ਬਟ ਉਹਦੇ ਉਹਦੇ ਜਿਹੜਾ ਮੈਸੇਜ ਹੈ ਉਹਦੇ ਉੱਤੇ ਡਿਲੀਵਰ ਕਰੋ। ਮੇਰੇ ਲਈ ਉਹਦਾ ਸਭ ਤੋਂ ਵੱਡਾ ਮੈਸੇਜ ਹੈਗਾ, ਉਹਦਾ ਨਾਮ ਕੀ ਹੈ, ਉਹ ਹੈਗਾ ਰਾਮ ਮੁਹੰਮਦ ਸਿੰਘ ਆਜ਼ਾਦ। ਧਰਮਾਂ ਦਾ ਕੋਈ ਫੈਸਲਾ ਨਹੀਂ ਹੈਗਾ ਆਜ਼ਾਦੀ ਦੇ ਵਿੱਚ, ਆਜ਼ਾਦੀ ਇੱਕ ਬੰਦੇ ਦੀ ਹੁੰਦੀ ਹੈ, ਅਤੇ ਉਹਦਾ ਮੈਸੇਜ ਬਹੁਤ ਇੰਪੋਰਟੈਂਟ ਆ। ਅਤੇ ਸਾਰਿਆਂ ਨੂੰ ਇਸ ਦਿਨ ਦੀ, ਵਿਸਾਖੀ ਦਿਨ ਦੀਆਂ ਬਹੁਤ ਬਹੁਤ ਵਧਾਈਆਂ, ਅਤੇ ਆਈ ਹੋਪ ਕਿ ਊਧਮ ਸਿੰਘ ਦੇ ਬਾਰੇ ਸਰਕਾਰ ਅਤੇ ਲੋਕ, ਸਰਕਾਰਾਂ ਦਾ ਚਲੋ ਲੋਕਾਂ ਦੇ ਬੇਸ ਤੇ ਨਹੀਂ, ਸਰਕਾਰਾਂ ਦਾ ਚਲੋ ਕੋਈ ਕੰਮ ਦੀ ਨਹੀਂ ਹੈਗਾ, ਬਟ ਲੋਕ ਇਸ ਚੀਜ਼ ਨੂੰ ਸੈਲੀਬ੍ਰੇਟ ਕਰਨਾ ਅੱਜ। ਐਂਡ ਫੋਰ ਫੋਰ ਵਿਊਅਰਸ ਹੂ ਆਰ ਇਨ ਹਿੰਦੀ ਔਰ ਇੰਗਲਿਸ਼, ਆਈ ਵੁੱਡ ਟੈਲ ਯੂ ਦੈਟ ਯੂ ਕੈਨ ਰੀਡ ਮੋਰ ਅਬਾਊਟ ਇਟ ਔਨ ਵਿਕੀਪੀਡੀਆ ਔਰ ਗੋ ਗੂਗਲ ਇਟ ਐਂਡ ਨੋ ਹੂ ਇਜ਼ ਯੋਰ ਰੀਅਲ ਹੀਰੋ। ਯਾ ਸੋ ਥੈਂਕ ਯੂ ਵੈਰੀ ਮੱਚ, ਥੈਂਕ ਯੂ ਯੂਟਿਊਬ ਐਂਡ ਥੈਂਕ ਯੂ ਫੇਸਬੁੱਕ ਐਂਡ ਥੈਂਕ ਯੂ ਟੈਕਨੋਲੋਜੀ ਫੋਰ ਗਿਵਿੰਗ ਮੀ ਦਿਸ ਓਪਰਚੁਨਿਟੀ ਟੂ ਗਿਵ ਦਿਸ ਮੈਸੇਜ। ਐਂਡ ਊਧਮ ਸਿੰਘ ਜ਼ਿੰਦਾਬਾਦ ਸਾਡੇ ਦਿਲ 'ਚ ਰਹੂਗਾ, ਅਤੇ ਆਈ ਫੀਲ ਵੈਰੀ ਬਲੈਸਡ ਕਿ ਮੈਂ ਇੱਕ ਉਸ ਕਮਿਊਨਿਟੀ ਦੇ ਨਾਲ ਬਿਲੋਂਗ ਕਰਦਾ ਜਿੱਥੋਂ ਊਧਮ ਸਿੰਘ ਆਇਆ, ਅਤੇ ਉਹਦੀ ਸ਼ਹੀਦੀ, ਉਹਦੀ ਕੁਰਬਾਨੀ ਜ਼ਾਇਆ ਨਹੀਂ ਜਾਏਗੀ, ਇਹ ਸਿਰਫ ਹੋਪ ਕਰਦਾ। ਹੁਣ ਤੱਕ ਤਾਂ ਲੱਗ ਰਿਹਾ ਜ਼ਾਇਆ ਹੋ ਰਹੀ ਆ, ਸਾਡੇ ਸਿਰਫ ਆਕਾ ਚੇਂਜ ਹੋਏ ਆ, ਅਸੀਂ ਆਜ਼ਾਦੀ ਨਹੀਂ ਲਈ। ਗੋਰਾ ਗੋਰਾ ਗਿਆ, ਆ ਕਸਮੈਲੇ ਰੰਗ ਦੇ, ਬਰਾਊਨ ਰੰਗ ਦੇ ਆ ਗਏ, ਆਕਾ ਆ ਗਏ, ਆਜ਼ਾਦੀ ਨਹੀਂ ਸਾਨੂੰ ਮਿਲੀ, ਆਕਾ ਆ ਗਏ, ਸਾਡੇ ਆਕਾ ਚੇਂਜ ਹੋ ਗਏ। ਬਸ ਇਸੇ ਨਾਲ ਮੈਂ ਆਪਣਾ ਮੈਸੇਜ ਖਤਮ ਕਰਦਾ ਹਾਂ, ਮੈਂ ਤੁਹਾਡਾ ਕਾਫੀ ਟਾਈਮ ਲੈ ਲਿਆ, ਥੈਂਕ ਯੂ। ਪਲੀਜ਼ ਡੂ ਪੋਸਟ ਅਬਾਊਟ ਊਧਮ ਸਿੰਘ ਐਂਡ ਲੈਟ ਪੀਪਲ ਨੋ ਹੂ ਵਾਸ ਹੀ ਐਂਡ ਵਾਟ ਹੀ ਹੈਜ਼ ਡਨ ਫੋਰ ਯੂਅਰ ਫੋਰ ਆਰ ਕਮਿਊਨਿਟੀ। ਊਧਮ ਸਿੰਘ ਜੀ।